ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਾ ਕੇ ਹਕੂਮਤ ਵੱਲੋਂ ਘਨਾਉਣੇ ਪਾਪ ਨੂੰ ਉਜਾਗਰ ਕੀਤਾ। ਦਿੱਲੀ ਦੀ ਸਰਕਾਰ ਨੇ ਬੇਗੁਨਾਹ ਸਿੱਖ ਨੌਜਵਾਨਾਂ, ਬਜ਼ੁਰਗਾਂ, ਬੀਬੀਆਂ, ਬੱਚਿਆਂ ਤੱਕ ਨੂੰ ਜਿਹੜਾ ਹੈ ਉਹ ਕੋਹ ਕੋਹ ਕੇ ਆਪਣੀ ਸਰਕਾਰੀ ਕਰਿੰਦਿਆਂ ਦੇ ਰਾਹੀਂ ਮਰਵਾਇਆ ਔਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਦਾ ਸੰਸਕਾਰ ਜਿਹੜਾ ਉਹ ਕਰ ਦਿੱਤਾ। ਇਹ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਹੀ ਸਨ ਜਿਨ੍ਹਾਂ ਨੇ ਮੌਤ ਦੀ ਪਰਵਾਹ ਕੀਤੇ ਬਿਨਾਂ ਸੁੱਖ ਆਰਾਮ ਤਿਆਗ ਕੇ ਉਹਨਾਂ ਅਣਪਛਾਤੀਆਂ ਸਿੱਖ ਨੌਜਵਾਨੀ ਸਿੱਖਾਂ ਦੀਆਂ ਲਾਸ਼ਾਂ ਨੂੰ ਖੋਜਣਾ ਸ਼ੁਰੂ ਕੀਤਾ ਅਤੇ 25,000 ਦੇ ਕਰੀਬ ਉਹਨਾਂ ਨੇ ਅਣਪਛਾਤੀਆਂ ਕਹਿ ਕੇ ਸੰਸਕਾਰੀਆਂ ਸਿੱਖਾਂ ਦੀਆਂ ਲਾਸ਼ਾਂ ਨੂੰ ਉਜਾਗਰ ਕੀਤਾ ਔਰ ਇਸ ਨੂੰ ਦੁਨੀਆ ਭਰ ਦੇ ਮੰਚ ਦੇ ਉੱਤੇ ਜਿਹੜਾ ਹੈ ਉਹ ਚੁੱਕਿਆ। ਅੱਜ ਦੇ ਦਿਨ ਘਨੌਣੀ ਹਕੂਮਤ ਨੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਸ਼ਹੀਦ ਕੀਤਾ। ਮੈਂ ਉਹਨਾਂ ਦੀ ਸ਼ਹੀਦੀ ਦਿਨ ਦੇ ਉੱਤੇ ਪੂਰੀ ਕੌਮ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਵੀ ਸਿੱਖਾਂ ਦੇ ਪ੍ਰਤੀ ਪਾਲਿਸੀਆਂ ਨੀਤੀਆਂ ਉਹੀ ਨੇ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਖਤਮ ਕੀਤਾ ਜਾਏ। ਬਸ ਫਰਕ ਸਿਰਫ ਹੈ ਕਿ ਢੰਗ ਤਰੀਕੇ ਜਿਹੜੇ ਨੇ ਉਹ ਬਦਲ ਲਏ ਗਏ ਨੇ। ਪਹਿਲਾਂ ਗੋਲੀ ਨਾਲ ਮਾਰਿਆ ਜਾਂਦਾ ਸੀ, ਤਸੀਹੇ ਦੇ ਕੇ ਮਾਰਿਆ ਜਾਂਦਾ ਸੀ, ਅੱਜ ਸਾਨੂੰ ਆਪਸ ਦੇ ਵਿੱਚ ਲੜਾ ਕੇ ਬੌਧਿਕ ਤੌਰ ਦੇ ਉੱਤੇ ਕੰਗਾਲ ਕਰਕੇ ਮਾਰਿਆ ਜਾ ਰਿਹਾ। ਕੌਮ ਸਾਵਧਾਨ ਹੋਵੇ,